ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਇਲਾਕਾ ਨਿਵਾਸੀਆਂ ਨੂੰ ਬਾਬਾ ਫਰੀਦ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ। ਮੈਂ ਸ਼ਹੀਦ ਭਗਤ ਸਿੰਘ ITI ਫਰੀਦਕੋਟ ਇਸ ਦੇ ਚੇਅਰਮੈਨ ਵਜੋਂ ਅਤੇ ਸਾਰੇ ਸਟਾਫ ਅਤੇ ਸਿੱਖਿਆਰਥੀਆਂ ਵੱਲੋਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਬਹੁਤ ਇਸ ਦੀ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀ ਵਧਾਈ ਦਿੰਦਾ ਹਾਂ। ਮੈਂ ਦੱਸਣਾ ਚਾਹੁੰਦਾ ਕਿ ਇਹ ਸ਼ਹੀਦ ਭਗਤ ਸਿੰਘ ITI ਪਿਛਲੇ 20 ਸਾਲਾਂ ਤੋਂ ਇਸ ਇਲਾਕੇ ਵਿੱਚ ਨੌਜਵਾਨਾਂ ਨੂੰ ਹੁਨਰ ਜਿਹੜੇ ਸਿਖਾਉਣ ਵਾਸਤੇ ਮਦਦ ਕਰ ਰਹੀ ਹੈ। ਇਹਨੂੰ ਇਸ ਇਲਾਕੇ ਦੇ ਵਿੱਚ ਹੋਣ ਦੇ ਵਿੱਚ ਲਿਆਉਣ ਦਾ ਹੀ ਮਕਸਦ ਸੀ ਕਿ ਇਸ ਇਲਾਕੇ ਦੇ ਸਾਰੇ ਨੌਜਵਾਨ ਜਿਹੜੇ ਸਟੂਡੈਂਟਸ ਹੈ ਉਹਨਾਂ ਨੂੰ ਹੁਨਰਮੰਦ ਬਣਾਇਆ ਜਾਵੇ। ਜਿਸ ਤਰ੍ਹਾਂ ਵੱਖ ਵੱਖ ਟ੍ਰੇਡ ਹੈ, ਵੈਲਡਰ, ਪਲੰਬਰ, ਇਲੈਕਟ੍ਰੀਸ਼ੀਅਨ, ਬਿਊਟੀਸ਼ੀਅਨ, ਕੰਪਿਊਟਰ ਅਤੇ ਹੋਰ ਵੀ ਕਾਫੀ ਟ੍ਰੇਡਾਂ ਦੇ ਵਿੱਚ ਅਸੀਂ ਇਹਨਾਂ ਨੂੰ ਸਿੱਖਿਆ ਜਿਹੜੀ ਉਹ ਪ੍ਰਦਾਨ ਕਰਦੇ ਹਾਂ। ਅਸੀਂ ਉਹਨਾਂ ਨੂੰ ਇਸ ਯੋਗ ਬਣਾਉਂਦੇ ਹਾਂ ਕਿ ਉਹ ਇਹ ਹੁਨਰ ਦੇ ਵਿੱਚ ਮਹਾਰਤ ਹਾਸਲ ਕਰਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣਾ ਅਤੇ ਆਪਣੇ ਪਰਿਵਾਰ ਦਾ ਜਿਹੜਾ ਉਹ ਨਾਮ ਕਮਾ ਸਕਣ। ਇਹਨੂੰ ਸਭ ਤੋਂ ਪਹਿਲਾਂ ਜਦੋਂ ਅਸੀਂ ਇੱਥੇ ਸ਼ੁਰੂ ਕੀਤਾ ਸੀ 2004 ਦੇ ਵਿੱਚ, ਤਾਂ ਪਹਿਲਾਂ ਅਸੀਂ ਪਲੰਬਰ ਦੇ ਵਿੱਚ ਜਿਹੜਾ ਟ੍ਰੇਡ ਸ਼ੁਰੂ ਕੀਤਾ ਹੈ। ਪਲੰਬਰ ਜੋ ਕਿ ਜਿਸਦੀ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਮੰਗ ਹੈ, ਇੱਥੇ ਵੀ ਘਰ ਘਰ ਦੇ ਵਿੱਚ ਹੀ ਆਪਣੇ ਹਰ ਇੱਕ ਨੂੰ ਪਲੰਬਰ ਤੋਂ ਬਿਨਾਂ ਜਿਹੜਾ ਕੋਈ ਵੀ ਕੰਮ ਸਿਰੇ ਨਹੀਂ ਚੜ੍ਹਦਾ। ਜਿਹੜੀ ਕੋਈ ਵੀ ਇਮਾਰਤ ਬਣਾਉਣ ਵੇਲੇ ਤਾਂ ਉਸਦਾ ਕੰਮ ਜ਼ਰੂਰੀ ਹੁੰਦਾ ਹੀ ਹੈ, ਉਸ ਤੋਂ ਬਾਅਦ ਵੀ ਰਿਪੇਅਰ ਵਗੈਰਾ ਦੀ ਵੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ। ਉਸ ਵਾਸਤੇ ਅਸੀਂ ਜਿਹੜੀਆਂ ਜੋ ਇੰਡੀਆ ਗਵਰਨਮੈਂਟ ਦੀ ਡਾਇਰੈਕਟਰ ਜਨਰਲ ਟ੍ਰੇਨਿੰਗ ਦੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਜੋ ਵੀ ਟ੍ਰੇਨਿੰਗ ਭਾਰਤ ਸਰਕਾਰ ਵੱਲੋਂ ਪ੍ਰਵਾਨਿਤ ਹੈ, ਉਸ ਅਨੁਸਾਰ ਅਸੀਂ ਸਾਰੇ ਜਿਹੜੇ ਟੂਲ ਇਕੁਪਮੈਂਟ ਉਹਨਾਂ ਨੂੰ ਅਸੀਂ ਮੁਹੱਈਆ ਕਰਵਾਉਂਦੇ ਹਾਂ ਤਾਂ ਜੋ ਉਹ ਪਲੰਬਰ ਦੇ ਵਿੱਚ ਪੂਰੇ ਇੱਕ ਭਾਰਤ ਸਰਕਾਰ ਤੋਂ ਜੋ ਸਰਟੀਫਿਕੇਟ ਉਹਨੂੰ ਮਿਲਦਾ ਹੈ, ਜੋ ਕਿ ਦੇਸ਼ ਵਿਦੇਸ਼ ਸਭ ਜਗ੍ਹਾ ਉਹਦੀ ਮਾਨਤਾ ਹੈ, ਉਹ ਉਹਨੂੰ ਪ੍ਰੋਵਾਈਡ ਕਰਦੇ ਹਾਂ। ਕਾਫੀ ਬੱਚੇ ਸਾਡੇ ਜਿਹੜੇ ਸਿੱਖਿਆਰਥੀਆਂ ਤੋਂ ਪਾਸ ਆਊਟ ਹੋ ਕੇ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੰਮ ਕਰ ਰਹੇ ਹਨ ਅਤੇ ਆਪਣਾ ਵਧੀਆ ਨਿਰਵਾਹ ਕਰ ਰਹੇ ਹਨ। ਇਸੇ ਤਰ੍ਹਾਂ ਹੀ ਇਲੈਕਟ੍ਰੀਸ਼ੀਅਨ ਟ੍ਰੇਡ ਜਿਸ ਦੇ ਵਿੱਚ ਬਿਜਲੀ ਦਾ ਕੰਮ ਹੁੰਦਾ ਹੈ, ਉਸ ਦੇ ਵਿੱਚ 2 ਸਾਲ ਦਾ ਉਹ ਟ੍ਰੇਡ ਹੈ, ਤਾਂ ਉਸ ਦੇ ਵਿੱਚ ਜੋ ਪਾਸ ਆਊਟ ਨੇ ਉਹ ਬਿਜਲੀ ਬੋਰਡ ਅਤੇ ਰੇਲ ਕੋਚ ਫੈਕਟਰੀ ਅਤੇ ਹੋਰ ਕਈ ਅਦਾਰਿਆਂ ਵਿੱਚ ਉਹ ਕੰਮ ਆਪਣਾ ਸੇਵਾ ਨਿਭਾ ਰਹੇ ਹਨ। ਇਸ ਦੀ ਬਹੁਤ ਜ਼ਿਆਦਾ ਜਿਹੜੀ ਰੇਲਵੇ ਅਤੇ ਬਿਜਲੀ ਬੋਰਡ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਹੈ, ਅਤੇ ਅਸੀਂ ਉਸ ਨੂੰ ਵੀ ਇਸ ਯੋਗ ਬਣਾ ਦਿੰਦੇ ਹਾਂ 2 ਸਾਲਾਂ ਦੇ ਵਿੱਚ ਕਿ ਉਹ ਆਪਣਾ ਵੀ ਖੁਦ ਦਾ ਵੀ ਕੰਮ ਕਰ ਸਕਦਾ ਹੈ, ਅਤੇ ਜੇ ਕਿਤੇ ਕਿਸੇ ਅਦਾਰੇ ਵਿੱਚ ਜਾਂਦਾ ਹੈ ਤਾਂ ਉਸ ਦੇ ਵੀ ਉਹ ਪੂਰਾ ਆਪਣੇ ਕੰਮ ਦੇ ਹੁਨਰ ਦੇ ਵਿੱਚ ਖਰਾ ਉਤਰਦਾ ਹੈ। ਇਸੇ ਤਰ੍ਹਾਂ ਹੀ ਵੈਲਡਰ ਟ੍ਰੇਡ ਹੈ, ਤਾਂ ਵੈਲਡਰ ਟ੍ਰੇਡ ਦੀ ਵੀ ਬਹੁਤ ਜ਼ਿਆਦਾ ਇਹ ਦੇਸ਼ ਵਿਦੇਸ਼ 'ਚ ਇਹਦੀ ਡਿਮਾਂਡ ਹੈ। ਉਸ ਦੇ ਨਾਲ ਸਿੱਧੇ ਹੀ ਜੋ ਵਰਕ ਪਰਮਿਟ ਵਗੈਰਾ ਕਈ ਦੇਸ਼ਾਂ ਵਿੱਚ, ਕੈਨੇਡਾ, ਆਸਟ੍ਰੇਲੀਆ 'ਚ ਮਿਲਦੇ ਹਨ, ਤਾਂ ਉਸ ਦੇ ਵਿੱਚ ਵੀ ਜੋ ਵੱਖ ਵੱਖ ਤਰ੍ਹਾਂ ਦੀਆਂ ਮਸ਼ੀਨਾਂ ਜੋ ਭਾਰਤ ਸਰਕਾਰ ਦੇ ਨਿਰਧਾਰਿਤ ਸਿਲੇਬਸ ਦੇ ਅਨੁਸਾਰ ਸਾਨੂੰ ਜੋ ਉਹਨਾਂ ਨੇ ਦਿਸ਼ਾ ਨਿਰਦੇਸ਼ ਦਿੱਤੇ ਹਨ, ਉਸ ਮੁਤਾਬਕ ਮਿਗ ਮਸ਼ੀਨ, ਟਿਗ ਮਸ਼ੀਨ, ਪਲਾਜ਼ਮਾ ਕਟਿੰਗ ਵੈਲਡਿੰਗ ਮਸ਼ੀਨ ਅਤੇ ਸਪੋਟ ਵੈਲਡਿੰਗ ਮਸ਼ੀਨ, ਉਹ ਸਭ ਜੋ ਆਧੁਨਿਕ ਤਰ੍ਹਾਂ ਦੀਆਂ ਮਸ਼ੀਨਾਂ ਹਨ ਉਹ ਸਭ ਇਸ ਸੰਸਥਾ ਦੇ ਵਿੱਚ ਉਪਲਬਧ ਹਨ। ਅਤੇ ਉਸ ਦੇ ਵਿੱਚ ਸਾਰੇ ਉਹਨਾਂ ਨੂੰ ਸਿੱਖਿਆ ਦੇ ਕੇ ਅਸੀਂ 1 ਸਾਲ ਦਾ ਜੋ ਕੋਰਸ ਹੈ ਉਹ ਇਸ ਯੋਗ ਬਣ ਜਾਂਦਾ ਹੈ ਕਿ ਉਹ ਆਪਣੇ ਕੰਮ
ਦੇਸ਼ ਵਿਦੇਸ਼ ਕਿਤੇ ਵੀ ਉਹ ਪੂਰੀ ਤਰ੍ਹਾਂ ਨਿਰਵਾਹ ਕਰ ਸਕਦਾ ਹੈ। ਇਸ ਦੇ ਨਾਲ ਜੋ ਅਗਲਾ ਟ੍ਰੇਡ ਹੈ ਬਿਊਟੀਸ਼ਨ ਦਾ ਟ੍ਰੇਡ ਹੈ, ਕੋਸਮੈਟੋਲੋਜੀ ਉਸਦਾ ਨਾਮ ਹੁਣ ਚੇਂਜ ਕਰਤਾ ਹੈ ਗੌਰਮੈਂਟ ਨੇ। ਕੋਸਮੈਟੋਲੋਜੀ ਦੇ ਵਿੱਚ ਵੀ ਇਹ ਬਿਊਟੀਸ਼ਨ ਦੇ ਤਰ੍ਹਾਂ ਕਾਫੀ ਚੀਜ਼ਾਂ ਜਿਹੜੀਆਂ ਉਸ ਨਾਲ ਮਿਲਦੀਆਂ ਹੁੰਦੀਆਂ, ਪਰ ਉਸ ਤੋਂ ਐਕਸਟਰਾ ਹੈ ਸਗੋਂ, ਕਿਉਂਕਿ ਉਹਨਾਂ ਨੂੰ ਜੋ ਆਪਣੇ ਸਰੀਰ ਦੀ ਬਣਤਰ ਹੈ, ਸਕਿਨ ਦੀ, ਚਮੜੀ ਦੀ, ਵਾਲਾਂ ਦੀ, ਉਹ ਵੀ ਉਹਨਾਂ ਦੇ ਵਿੱਚ ਆਉਂਦੀ ਹੈ। ਉਸ ਨਾਲ ਉਹ ਆਪਣੇ ਪੂਰੀ ਉਸਦੀ ਮਾਰਤ ਕਰਕੇ ਇੱਕ ਸਾਲ ਦਾ ਜੋ ਕੋਰਸ ਦੇ ਵਿੱਚ, ਉਸ ਤੋਂ ਬਾਅਦ ਜ਼ਿਆਦਾਤਰ ਇਹ ਲੜਕੀਆਂ ਇਸ ਵਿੱਚ ਟ੍ਰੇਨਿੰਗ ਹਾਸਲ ਕਰਦੀਆਂ, ਉਹ ਆਪਣੀ ਟ੍ਰੇਨਿੰਗ ਲੈ ਕੇ ਹਰ ਜਗ੍ਹਾ ਦੇਸ਼ ਵਿਦੇਸ਼ ਦੇ ਵਿੱਚ ਆਪਣਾ ਜਿਹੜਾ ਉਹਨੂੰ ਰੁਜ਼ਗਾਰ ਮਿਲਦਾ ਹੈ। ਫਿਰ ਇਸ ਤਰ੍ਹਾਂ ਹੀ ਕੰਪਿਊਟਰ ਦਾ ਹੈ, ਜੋ ਕੰਪਿਊਟਰ ਆਪਰੇਟਰ ਕਮ ਪ੍ਰੋਗਰਾਮ ਅਸਿਸਟੈਂਟ, ਕੋਪਾ ਉਹਨੂੰ ਅਸੀਂ ਸ਼ੋਰਟ ਫਾਰਮ 'ਚ ਕਹਿੰਦੇ ਹਾਂ, ਤਾਂ ਇਹ ਵੀ ਇੱਕ ਸਾਲ ਦਾ ਕੋਰਸ ਹੈ। ਉਸ ਦੇ ਵਿੱਚ ਵੀ ਜੋ ਲੇਟੈਸਟ ਅੱਜ ਕੱਲ੍ਹ ਲੈਂਗੁਏਜ ਜੋ ਹੁੰਦੀਆਂ ਕੰਪਿਊਟਰ ਦੀਆਂ, ਜਿਸ ਤਰ੍ਹਾਂ ਉਹ ਜਾਵਾ ਹੈ, ਪਾਈਥੋਨ ਹੈ, ਤਾਂ ਉਹ ਜਿਸ ਦੀ ਦੇਸ਼ ਵਿਦੇਸ਼ ਬਹੁਤ ਜ਼ਿਆਦਾ ਮੰਗ ਹੈ, ਤਾਂ ਉਹ ਵੀ ਅਸੀਂ ਇਸ ਸੰਸਥਾ ਵਿਖੇ ਉਹਨਾਂ ਨੂੰ ਸਿਖਾਉਂਦੇ ਹਾਂ, ਤਾਂ ਜੋ ਉਹ ਆਪਣੇ ਸਮੇਂ ਦੇ ਹਾਣੀ ਹੋ ਕੇ ਜਿਹੜੇ ਅਦਾਰਿਆਂ ਦੇ ਵਿੱਚ ਸੇਵਾ ਨਿਭਾਉਣ ਅਤੇ ਆਪਣਾ ਰੁਜ਼ਗਾਰ ਪ੍ਰਾਪਤ ਕਰਦੇ ਹਨ। ਅਤੇ ਇਹ ਸੰਸਥਾ ਦੇ ਵਿੱਚ ਅਸੀਂ ਖੇਡਾਂ ਦਾ ਵੀ ਨਾਲ ਜਾਂ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਹੋਰ ਜੋ ਐਕਸਟਰਾ ਕਰੀਕੁਲਰ ਐਕਟੀਵਿਟੀ, ਉਹ ਵੀ ਅਸੀਂ ਨਾਲ ਨਾਲ ਇਸ ਸਿੱਖਿਆਰਥੀਆਂ ਨੂੰ ਉਸਦਾ ਵੀ ਅਸੀਂ ਸਮਾਂ ਦਿੰਦੇ ਹਾਂ, ਤਾਂ ਜੋ ਉਸਦਾ ਜੋ ਸ਼ਖਸੀਅਤ ਹੈ ਉਹ ਸਰਵਪੱਖੀ ਉਸਦਾ ਸ਼ਖਸੀਅਤ ਦਾ ਵਿਕਾਸ ਹੋ ਸਕੇ। ਅਤੇ ਇਸਦਾ ਵੀ ਬਹੁਤ ਇੱਥੇ ਧਿਆਨ ਰੱਖਿਆ ਜਾਂਦਾ ਹੈ। ਆਲੇ ਦੁਆਲੇ ਸੰਸਥਾ ਦੇ ਵਿੱਚ ਜੋ ਗੇਮਾਂ ਦੇ ਖੇਡਾਂ ਦੇ ਵਿੱਚ ਪਾਰਕ ਬਣੇ ਹੋਏ ਹਨ ਖੂਬਸੂਰਤ, ਅਤੇ ਉਸ ਦੇ ਵਿੱਚ ਵੀ ਇਹਨਾਂ ਵਾਸਤੇ ਸਭ ਸਹੂਲਤਾਂ ਜਿਹੜੀਆਂ ਉਹ ਉਪਲਬਧ ਹਨ। ਅਤੇ ਮੈਂ ਇਲਾਕੇ ਨਿਵਾਸੀਆਂ ਨੂੰ, ਸਾਰਿਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਉਹ ਆਪਣੇ ਬੱਚਿਆਂ ਨੂੰ ਇਸ ਦੇ ਵਿੱਚ ITI ਦਾਖਲਾ ਦੇ ਕੇ ਅਤੇ ਆਪਣੇ ਬੱਚਿਆਂ ਦਾ ਜਿਹੜਾ ਜੀਵਨ ਹੈ ਉਹ ਸਫਲ ਕਰਾਉਣ, ਤਾਂ ਕਿ ਹੁਣ ਜੋ ਹੁਨਰ ਦਾ ਕੰਮ ਹੈ ਇਹ ਹੁਨਰ ਕਿਤੇ ਵੀ ਉਹ ਜਾਇਆ ਨਹੀਂ ਜਾਂਦਾ, ਹੁਨਰ ਬੰਦੇ ਦੇ ਨਾਲ ਹੀ ਰਹਿੰਦਾ, ਤਾਂ ਹੁਨਰ ਨੇ ਕਿਸੇ ਵੀ ਜਾ ਕੇ ਜਗ੍ਹਾ 'ਤੇ ਉਹਨੇ ਕੰਮ ਉਹਦੇ ਆ ਜਾਣਾ ਹੁੰਦਾ। ਤਾਂ ਹੁਨਰ ਦੇ ਵਿੱਚ ਹੀ ਅੱਜ ਕੱਲ੍ਹ ਦੀ ਜ਼ਮਾਨੇ ਦੀ ਜਿਹੜੀ ਕੋਈ ਲੇਟੈਸਟ ਸਕਿੱਲ ਹੈ ਜਿਹੜਾ ਉਹ ਉਸਦੀ ਡਿਮਾਂਡ ਜ਼ਿਆਦਾ, ਅਤੇ ਉਸ ਵਿੱਚ ਹੀ ਸਿੱਖਿਆ ਉਹਨਾਂ ਨੂੰ ਕਰਾਉਣੀ ਚਾਹੀਦੀ ਹੈ। ਇਹ ਸ਼ਹੀਦ ਭਗਤ ਸਿੰਘ ITI ਜੋ ਕਿ ਫਿਰੋਜ਼ਪੁਰ ਰੋਡ ਚੁੰਗੀ ਨੰਬਰ 5 ਦੇ ਨਜ਼ਦੀਕ ਹੈ, ਅਤੇ ਬਹੁਤ ਹੀ ਸ਼ਹਿਰ ਦੇ ਬਿਲਕੁਲ ਇਹ ਆਲਮੋਸਟ ਵਿੱਚ ਹੀ ਹੈ, ਅਤੇ ਕੋਈ ਜ਼ਿਆਦਾ ਦੂਰੀ ਨਹੀਂ ਪੈਂਦੀ ਇਸ ਤੋਂ। ਇੱਥੇ ਬੱਸਾਂ ਦਾ ਜੋ ਮਿੰਨੀ ਬੱਸ ਹੈ ਲੋਕਲ ਜਾਂ ਈ ਰਿਕਸ਼ਾ ਵਗੈਰਾ, ਉਹ ਵੀ ਇੱਥੇ ਆਸਾਨੀ ਨਾਲ ਉਸਦੇ ਰਾਹੀਂ ਬੰਦਾ ਪਹੁੰਚ ਸਕਦਾ ਹੈ, ਕੋਈ ਵੀ ਜੋ ਸਿੱਖਿਆਰਥੀ ਇੱਥੇ ਆ ਸਕਦਾ ਹੈ। ਅਤੇ ਇਸ ਫਰਦਰ ਜੋ ਐਡਮਿਸ਼ਨ ਵਾਸਤੇ ਜੋ ਵੀ ਆਪਣੇ ਇਸ 'ਤੇ ਚਾਹਵਾਨ ਹਨ, ਤਾਂ ਉਹ ਜੋ ਮੇਰਾ ਨੰਬਰ ਹੈ ਉਸ ਦੇ ਉੱਪਰ ਕੰਟੈਕਟ ਕਰ ਸਕਦੇ ਹਨ। ਮੇਰਾ ਨੰਬਰ ਹੈ ਜੋ ਉਹ ਨੋਟ ਕਰ ਲੈਣ, 7009064902। ਫਿਰ ਬੋਲ ਦਿੰਦਾ 7009064902। ਤਾਂ ਇਸ ਨੰਬਰ 'ਤੇ ਸੰਪਰਕ ਕਰਕੇ, ਦਾਖਲੇ ਦਾ ਟਾਈਮ ਹਾਲੇ ਚੱਲ ਰਿਹਾ, ਅਤੇ ਉਸ ਦੇ ਵਿੱਚ ਆਪਣਾ ਜੋ ਫਾਇਦਾ ਉਠਾ ਸਕਦੇ। ਧੰਨਵਾਦ।